ਬੜਾ ਕੁਛ ਸਿੱਖਣ ਨੂੰ ਮਿਲਦਾ ਜੀ ਜਦੋਂ ਤੁਸੀਂ ਅੰਤਰਰਾਸ਼ਟਰੀ ਲੈਵਲ 'ਤੇ ਟੂਰ ਕਰਦੇ ਹੋ, ਵਿਦੇਸ਼ਾਂ 'ਚ ਘੁੰਮਦੇ ਹੋ, ਜਾਂਦੇ ਹੋ, ਮਨ ਦੇ ਵਿੱਚ ਤਾਂ ਹੁੰਦੀ ਕਿ ਆਪਾਂ ਵੀ ਇਸ ਤਰ੍ਹਾਂ ਦਾ ਸਿਸਟਮ ਬਣਾਈਏ। ਅਤੇ ਉਸੇ ਤਹਿਤ ਹੀ ਜਿਵੇਂ ਨਾਭਾ ਨੂੰ ਸਾਫ਼ ਕਰਨ ਦੀ ਮੁਹਿੰਮ ਅਸੀਂ ਛੇੜੀ ਹੋਈ ਹੈ ਅਤੇ ਉੱਤੇ ਬੜੀ ਗੰਭੀਰਤਾ ਨਾਲ ਕੰਮ ਕਰ ਰਹੇ ਹਾਂ ਕਿਉਂਕਿ ਬਹੁਤ ਪੁਰਾਣਾ ਸਿਸਟਮ ਖਰਾਬ ਹੋਇਆ, ਇਹਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਸਿੱਖਿਆ ਅਤੇ ਸਿਹਤ ਦੇ ਵਿੱਚ ਸਾਡੀ ਪੰਜਾਬ ਸਰਕਾਰ, ਭਗਵੰਤ ਮਾਨ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ। ਜਿਹੜਾ ਪੰਜਾਬ ਦਾ ਮੈਡੀਕਲ ਸਿਸਟਮ ਹੈ ਜਿਹੜਾ ਜੀ, ਉਹ ਬਹੁਤ ਕਾਬਲੀ ਤਾਰੀਫ ਹੈ, ਬਹੁਤ ਅੱਛਾ ਹੋ ਰਿਹਾ ਕੰਮ। ਇਹਦੇ ਵਿੱਚ ਲਗਾਤਾਰ ਜਿਹੜੀ ਅਮੈਂਡਮੈਂਟ ਹੋ ਰਹੀ ਹੈ ਔਰ ਮੈਨੂੰ ਬੜੀ ਸੰਤੁਸ਼ਟੀ ਮਿਲੀ ਹੈ ਗੱਲ ਸੁਣ। ਕਹਿੰਦੇ ਜਦੋਂ ਵਿਦੇਸ਼ੀ ਧਰਤੀ ਤੋਂ ਬੰਦਾ ਵਾਪਸ ਪਰਤਦਾ ਕਿ ਉਹ ਨਵਾਂ ਸਕੀਮ ਲੈ ਕੇ ਆਉਂਦਾ ਆਪਦੇ ਹਲਕੇ ਦੇ ਲਈ, ਤੁਸੀਂ ਕੀ ਲੈ ਕੇ ਆਏ? ਕਿਉਂਕਿ ਇੱਕ ਤਾਂ ਹੁੰਦਾ ਜੀ, ਮਤਲਬ ਇਕੱਲਾ ਗੱਲਾਂ ਨਾਲ ਕੰਮ ਚਲਾਉਣਾ, ਅਸੀਂ ਗੱਲਾਂ ਵਾਲੇ ਨਹੀਂ, ਅਸੀਂ ਕਰਕੇ ਦਿਖਾਉਂਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਅੱਜ ਅਸੀਂ ਗੱਲਬਾਤ ਕਰਾਂਗੇ ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇਮਾਨ। 20 ਤੋਂ 22 ਦਿਨ ਦਾ ਵਿਦੇਸ਼ੀ ਟੂਰ 'ਤੇ ਗਏ ਹੋਏ ਸਨ, ਅੱਜ ਨਾਭਾ ਹਲਕੇ ਦੇ ਲੋਕਾਂ ਦੀ ਸੇਵਾ ਦੇ ਵਿੱਚ ਫਿਰ ਜੁੱਟ ਚੁੱਕੇ ਨੇ। ਦਫ਼ਤਰ ਜਾਣਗੇ, ਘਰਾਂ ਦੇ ਵਿੱਚ ਵੀ, ਘਰ ਦੇ ਵਿੱਚ ਵੀ, ਨਾਭਾ ਹਲਕੇ ਦੇ ਵਰਕਰਾਂ ਦੀਆਂ ਮੁਸ਼ਕਲਾਂ ਸੁਣਦੇ ਨੇ, ਕਿਉਂਕਿ ਵਰਕਰ ਵੀ ਕਾਫ਼ੀ ਪਿਆਰ ਕਰਦੇ ਨੇ ਨਾਭਾ ਦੇ ਵਿਧਾਇਕ ਨੂੰ। ਉਹ ਵੀ ਕਾਫ਼ੀ ਸਹਿਮੇ ਹੋਏ ਤੇ ਕਿ 22 ਦਿਨ ਦਾ ਟੂਰ ਵੀ ਬਹੁਤ ਵੱਡਾ ਹੁੰਦਾ। ਵਰਕਰ ਨੇ ਭਾਵੇਂ ਜਦੋਂ ਰਾਜਨੀਤਿਕ ਲੋਕ ਹਰ ਇੱਕ ਘਰ ਦੇ ਵਿੱਚ ਜਾ ਕੇ ਉਹਨਾਂ ਦੇ ਘਰ ਦੇ ਵਿੱਚ ਚਾਹ ਦਾ ਕੱਪ ਵੀ ਸਾਂਝਾ ਕਰਦੇ ਨੇ। ਗੱਲਬਾਤ ਕਰਾਂ ਵੀ ਕਿੰਨੇ ਕੁ ਲੋਕ ਤਾਂ ਜਿਹੜੀ ਵਿਦੇਸ਼ੀ ਧਰਤੀ ਤੁਹਾਡੇ ਨਾਲ ਫੋਨ 'ਤੇ ਰਾਬਤਾ ਕਾਇਮ ਕਰਦੇ ਨੇ। ਮਾਨ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਬਹੁਤ ਬਹੁਤ ਮਿਹਰਬਾਨੀ, ਸਤਿ ਸ਼੍ਰੀ ਅਕਾਲ। ਕਿਸ ਤਰ੍ਹਾਂ ਦਾ ਰਿਹਾ 20 ਤੋਂ 22 ਦਿਨ ਦਾ ਵਿਦੇਸ਼ੀ ਟੂਰ ਤੁਹਾਡਾ? ਬਹੁਤ ਅੱਛੇ ਰਿਹਾ ਜੀ। ਪਹਿਲਾਂ ਤਾਂ US ਸੀਗੇ ਜੀ, ਤਕਰੀਬਨ 7-8 ਦਿਨ ਤਾਂ ਉੱਥੇ ਲੱਗ ਗਏ, ਉਸ ਤੋਂ ਬਾਅਦ ਫਿਰ ਕੈਨੇਡਾ ਅਤੇ ਵਾਪਸ ਆ ਗਏ ਹਾਂ, 2-3 ਦਿਨ ਦਿੱਲੀ ਲੱਗ ਗਏ। ਕੀ ਦੇਖਿਆ ਫਿਰ ਨਾਭਾ ਹਲਕੇ ਲਈ, ਕੀ ਕੱਢ ਕੇ ਲੈ ਕੇ ਆਏ ਵਿਦੇਸ਼ੀ ਧਰਤੀ ਤੋਂ? ਬੜਾ ਕੁਛ ਸਿੱਖਣ ਨੂੰ ਮਿਲਦਾ ਜੀ ਜਦੋਂ ਤੁਸੀਂ ਅੰਤਰਰਾਸ਼ਟਰੀ ਲੈਵਲ 'ਤੇ ਟੂਰ ਕਰਦੇ ਹੋ, ਵਿਦੇਸ਼ਾਂ 'ਚ ਘੁੰਮਦੇ ਹੋ, ਜਾਂਦੇ ਹੋ, ਔਰ ਬੜਾ ਕੁਛ ਰੀਫਰੈਸ਼ ਹੁੰਦਾ ਜੀ ਮਨ ਦੇ ਵਿੱਚ ਤਾਂ ਹੁੰਦੀ ਕਿ ਆਪਾਂ ਵੀ ਇਸ ਤਰ੍ਹਾਂ ਦਾ ਸਿਸਟਮ ਬਣਾਈਏ। ਅਤੇ ਉਸੇ ਤਹਿਤ ਹੀ ਜਿਵੇਂ ਨਾਭਾ ਨੂੰ ਸਾਫ਼ ਕਰਨ ਦੀ ਮੁਹਿੰਮ ਅਸੀਂ ਛੇੜੀ ਹੋਈ ਹੈ ਅਤੇ ਉੱਤੇ ਬੜੀ ਗੰਭੀਰਤਾ ਨਾਲ ਕੰਮ ਕਰ ਰਹੇ ਹਾਂ ਕਿਉਂਕਿ ਬਹੁਤ ਪੁਰਾਣਾ ਸਿਸਟਮ ਖਰਾਬ ਹੋਇਆ, ਇਹਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਬਾਕੀ ਕਿਸੇ ਵੀ ਪ੍ਰਾਂਤ ਜਾਂ ਕਿਸੇ ਵੀ ਮੁਲਕ ਦੀ ਤਰੱਕੀ ਦੇ ਵਿੱਚ ਸਿੱਖਿਆ ਅਤੇ ਸਿਹਤ ਦਾ ਬਹੁਤ ਵੱਡਾ ਯੋਗਦਾਨ ਹੁੰਦਾ। ਸਿੱਖਿਆ ਅਤੇ ਸਿਹਤ ਦੇ ਵਿੱਚ ਸਾਡੀ ਪੰਜਾਬ ਸਰਕਾਰ, ਭਗਵੰਤ ਮਾਨ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ ਔਰ ਇਹਦੇ ਵਿੱਚ ਜਦੋਂ ਮੈਂ ਬਾਹਰ ਜਿਹੜੇ ਪੁਰਾਣੇ ਬਜ਼ੁਰਗ ਗਏ ਹੈ ਕਿਤੇ ਤਾਸ਼ ਖੇਡਦੇ ਕਿਤੇ ਮਿਲ ਗਏ ਅਤੇ ਮੈਂ ਇਹ ਮੈਨੂੰ ਬੜਾ ਸਕੂਨ ਮਿਲਿਆ ਗੱਲ ਸੁਣ ਕੇ ਕਿ ਜੀ ਜਿਹੜਾ ਸਿੱਖਿਆ ਦੇ ਵਿੱਚ ਵੀ ਬਹੁਤ ਅੱਛਾ ਕੰਮ ਹੋ ਰਿਹਾ ਪਰ ਜਿਹੜਾ ਸਿਹਤ ਦੇ ਵਿੱਚ ਜਿਹੜਾ ਪੰਜਾਬ ਦਾ ਮੈਡੀਕਲ ਸਿਸਟਮ ਹੈ ਜਿਹੜਾ ਜੀ, ਉਹ ਬਹੁਤ ਕਾਬਲੀ ਤਾਰੀਫ ਹੈ, ਬਹੁਤ ਅੱਛਾ ਹੋ ਰਿਹਾ ਕੰਮ। ਬੇਸ਼ੱਕ ਬਹੁਤ ਸਾਰੀਆਂ ਕਮੀਆਂ ਪੇਸ਼ੀਆਂ ਨੇ, ਬਹੁਤ ਸਾਰੀਆਂ ਭਰਤੀਆਂ ਡਾਕਟਰਾਂ ਦੀਆਂ ਹੋਣ ਵਾਲੀਆਂ ਨੇ, ਬੜਾ ਸੈਂਸਿਟਿਵ ਵਿਭਾਗ ਹੈ ਇਹ, ਸਾਡੀ ਸਿਹਤ ਨਾਲ, ਸਾਡੀ ਜ਼ਿੰਦਗੀ ਨਾਲ ਜੁੜਿਆ ਵਿਭਾਗ ਹੈ, ਪਰ ਇਹਦੇ ਵਿੱਚ ਲਗਾਤਾਰ ਜਿਹੜੀ ਅਮੈਂਡਮੈਂਟ ਹੋ ਰਹੀ ਹੈ ਔਰ ਮੈਨੂੰ ਬੜੀ ਸੰਤੁਸ਼ਟੀ ਮਿਲੀ ਹੈ ਗੱਲ ਸੁਣ ਕੇ। ਬਿਲਕੁਲ, ਜਦੋਂ 22 ਦਿਨ ਵਿਦੇਸ਼ ਦੀ ਧਰਤੀ 'ਤੇ ਰਹੇ ਹੋ ਤਾਂ ਨਾਭੇ ਦੇ ਜਿਹੜੇ ਤੁਹਾਡੇ ਵਰਕਰ ਨੇ, ਕਿੰਨਾ ਕੁ ਤੁਹਾਨੂੰ ਯਾਦ, ਕਿੰਨਾ ਕੁ ਤੁਹਾਨੂੰ ਕਾਲਾਂ ਕੀਤੀਆਂ? ਨਹੀਂ, ਮੋਸਟਲੀ ਵਟਸਐਪ 'ਤੇ ਤਾਂ ਲਗਾਤਾਰ ਗਰੁੱਪ ਵੀ ਨੇ ਜੀ, ਮੇਰਾ ਵਟਸਐਪ ਤਾਂ ਚੱਲਦਾ ਹੀ ਰਹਿੰਦਾ ਜੀ ਅਤੇ ਲਗਾਤਾਰ ਸੰਪਰਕ ਦੇ ਵਿੱਚ ਹੀ ਰਹੀਦਾ ਜੀ। ਤਕਰੀਬਨ ਮੋਸਟਲੀ ਸਾਰੇ ਅਫਸਰ ਸਾਹਿਬਾਨ ਨਾਲ ਮੋਸਟਲੀ ਤਕਰੀਬਨ ਗੱਲ ਹੁੰਦੀ ਰਹਿੰਦੀ ਹੈ ਅਤੇ ਵਲੰਟੀਅਰ ਸਾਹਿਬਾਨ ਵੀ ਜਿਹੜੇ ਕੰਮ, ਕਿਉਂਕਿ ਅੱਜ ਕੱਲ੍ਹ ਦਾ ਸਿਸਟਮ ਔਨਲਾਈਨ ਹੋ ਗਿਆ ਜੀ, ਡਿਜੀਟਲ ਹੋ ਗਿਆ ਸਾਰਾ ਕੁਛ, ਤੁਸੀਂ ਔਨਲਾਈਨ ਹੀ ਸਾਰਾ ਕੁਛ ਵਟਸਐਪ 'ਤੇ ਗੱਲਬਾਤ ਕਰਨੀ, ਵਟਸਐਪ 'ਤੇ ਮੈਸੇਜ ਬਣਾ ਕੇ ਭੇਜਣਾ, ਸਾਰੀ ਮੋਨੀਟਰਿੰਗ ਜਿਹੜੀ ਹੈ ਹੋ ਜਾਂਦੀ ਹੈ। ਪਰ ਜਿਹੜਾ ਮਿਲ ਕੇ ਸਕੂਨ ਜਿਹੜਾ ਮਿਲਦਾ ਜੀ, ਮੈਨੂੰ ਮਿਲਦਾ ਜਿਹੜਾ ਸਕੂਨ, ਜਿਵੇਂ ਸਾਡੇ ਜਿਹੜੇ ਵਲੰਟੀਅਰ ਸਾਹਿਬਾਨ ਨੂੰ ਜਾਂ ਜੋ ਵੀ ਕੰਮ ਕਰਾਉਣ ਆਉਂਦੇ ਆ, ਉਹਦਾ ਤਾਂ ਫਿਰ ਸਕੂਨ ਹੀ ਵੱਖਰਾ ਜੀ।
ਕਹਿੰਦੇ ਜਦੋਂ ਵਿਦੇਸ਼ੀ ਧਰਤੀ ਤੋਂ ਬੰਦਾ ਵਾਪਸ ਪਰਤਦਾ ਕੋਈ ਨਵਾਂ ਸਕੀਮ ਲੈ ਕੇ ਆਉਂਦਾ ਆਪਦੇ ਹਲਕੇ ਦੇ ਲਈ, ਤੁਸੀਂ ਕੀ ਲੈ ਕੇ ਆਏ ਹੋ? ਇਹ ਸਕੀਮ ਤਾਂ ਦੇਖੋ ਗੱਲ, ਜਿਵੇਂ ਮੈਂ ਤਾਂ ਪਹਿਲਾਂ ਹੀ ਕਹਿ ਕੇ ਹਟਿਆ ਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਪੂਰੇ ਸੰਸਾਰ ਦੇ ਵਿੱਚ, ਜਿਹੜੀ ਇਨਸਾਨੀ ਜ਼ਿੰਦਗੀ ਹੈ ਉਹ ਲਗਾਤਾਰ ਤਬਦੀਲ ਹੋ ਰਹੀ ਹੈ, ਆਬਾਦੀ ਲਗਾਤਾਰ ਵੱਧ ਰਹੀ ਹੈ, ਲਗਾਤਾਰ ਇਨਸਾਨ ਦੀਆਂ ਲੋੜਾਂ ਵੱਧ ਰਹੀਆਂ ਨੇ, ਉਹਦੇ ਮੁਤਾਬਕ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ। ਕਿਉਂਕਿ ਇੱਕ ਤਾਂ ਹੁੰਦਾ ਜੀ ਮਤਲਬ ਇਕੱਲਾ ਗੱਲਾਂ ਨਾਲ ਕੰਮ ਚਲਾਉਣਾ, ਅਸੀਂ ਗੱਲਾਂ ਵਾਲੇ ਨਹੀਂ, ਅਸੀਂ ਕਰਕੇ ਦਿਖਾਉਂਦੇ ਹਾਂ। ਅਤੇ ਤੁਸੀਂ ਆਉਣ ਵਾਲੇ ਟਾਈਮ ਦੇ ਵਿੱਚ ਦੇਖੋਗੇ ਕਿ ਨਾਭਾ ਵਿਧਾਨ ਸਭਾ ਦੇ ਲਈ ਜਿਵੇਂ ਮੁੱਖ ਮੰਤਰੀ ਸਾਹਿਬ ਨੇ ਵੀ ਸਪੈਸ਼ਲ, ਮੈਨੂੰ ਬੜੀ ਮੈਂ ਧੰਨਵਾਦ ਕਰਦਾ ਮੁੱਖ ਮੰਤਰੀ ਸਾਹਿਬ ਦਾ, 50 ਲੱਖ ਦੀ ਸਪੈਸ਼ਲ ਗ੍ਰਾਂਟ ਨਾਭਾ ਨੂੰ ਭੇਜੀ ਹੈ 8-10 ਕੰਮਾਂ ਵਾਸਤੇ। ਅਤੇ ਅਸੀਂ ਮੈਸ ਪਿੰਡ ਦੇ ਵਿੱਚ ਵੀ ਇੱਕ ਵੱਡਾ ਸਟੇਡੀਅਮ ਦਾ ਉਲੀਕ ਰਹੇ ਹਾਂ ਸੈਂਟਰ ਗੌਰਮੈਂਟ ਦੇ ਸਹਿਯੋਗ ਦੇ ਨਾਲ ਵੀ, ਪੰਜਾਬ ਸਰਕਾਰ ਦੇ, ਕਿਉਂਕਿ ਸਾਡੀ ਬੱਚੀ ਜਿਹੜੀ ਹਰਜਿੰਦਰ ਕੌਰ, ਉਹਨੇ ਕਾਮਨਵੈਲਥ ਗੇਮਾਂ ਦੇ ਵਿੱਚ ਜਿਹੜਾ ਉਹਨੇ ਸਿਲਵਰ ਮੈਡਲ ਜਿੱਤਿਆ ਸੀਗਾ। ਅਤੇ ਖੇਡਾਂ ਦੇ ਪ੍ਰਤੀ ਬਹੁਤ ਸੁਚੇਤ ਹੋਣ ਦੀ ਲੋੜ ਹੈ ਸਾਨੂੰ, ਕਿਉਂਕਿ ਹੁਣੇ ਜਿਹੜੀਆਂ ਨੇ ਖੇਡਾਂ ਹੋ ਕੇ ਹਟੀਆਂ ਨੇ, ਅਤੇ ਉਹਦੇ ਵਿੱਚ ਜੇ ਸਾਡੇ ਬੱਚੇ ਪ੍ਰੋਪਰ ਤਰੀਕੇ ਨਾਲ ਉਸ ਜਜ਼ਬੇ ਦੇ ਨਾਲ, ਕਿਉਂਕਿ ਜੇ ਆਪਣੇ 'ਚ ਜਜ਼ਬਾ ਨਾ ਜੀ ਤਾਂ ਤੁਹਾਨੂੰ ਕੋਈ ਪਲੇਟਫਾਰਮ ਦੇ ਸਕਦਾ, ਇਕੱਲਾ ਪਲੇਟਫਾਰਮ ਵੀ ਕੁਛ ਨਹੀਂ ਕਰੇਗਾ ਜੇ ਆਪਣੇ ਜਜ਼ਬਾ ਹੈ ਨਹੀਂ। ਜੇ ਆਪਣੇ 'ਚ ਜਜ਼ਬਾ ਤਾਂ ਫਿਰ ਆਪਾਂ ਉਸ ਚੀਜ਼ ਨੂੰ ਬਹੁਤ ਅੱਛੇ ਤਰੀਕੇ ਨਾਲ ਮੈਨੂਪੇਟ ਕਰਕੇ ਉਸ ਚੀਜ਼ ਨੂੰ ਬਣਾ ਕੇ ਆਪਾਂ ਅੱਗੇ ਲਿਜਾ ਸਕਦੇ ਹਾਂ। ਅਤੇ ਮੈਂ ਉਮੀਦ ਕਰਦਾ ਕਿ ਖੇਡਾਂ ਵਤਨ ਪੰਜਾਬ ਦੀਆਂ, ਹੁਣ 2 ਦਿਨ ਪਹਿਲਾਂ ਮਿਸ਼ਾਲ ਵੀ ਆਈ ਸੀਗੀ ਨਾਭਾ ਦੇ ਵਿੱਚ, ਖੇਡਾਂ ਵਤਨ ਪੰਜਾਬ ਦੀਆਂ 3ਜਾ ਜਿਹੜਾ ਈਅਰ ਹੈ ਉਹਦੀਆਂ ਸ਼ੁਰੂਆਤ ਹੋ ਚੁੱਕੀ ਹੈ, ਅਤੇ ਇਹਦੇ ਵਿੱਚ ਬਹੁਤ ਸਾਰੇ ਬੱਚਿਆਂ ਨੂੰ, ਨੌਜਵਾਨਾਂ ਨੂੰ ਮੌਕਾ ਮਿਲ ਰਿਹਾ। ਅਤੇ ਪੰਜਾਬ ਦੇ ਵਿੱਚ ਖੇਡਾਂ ਜਿਵੇਂ ਸਾਡੀ ਹਾਕੀ ਦੀ ਟੀਮ ਦੇ ਵਿੱਚ ਬਹੁਤ ਮੋਸਟਲੀ ਪੰਜਾਬ ਦੇ ਨੇ ਸਾਰੇ ਨੌਜਵਾਨ ਸਾਥੀ, ਉਹਨਾਂ ਨੂੰ ਪੰਜਾਬ ਸਰਕਾਰ ਨੇ 1 ਕਰੋੜ ਰੁਪਇਆ ਬੁਲਾ ਕੇ ਮੁੱਖ ਮੰਤਰੀ ਸਾਹਿਬ ਨੇ ਇਨਾਮ ਵੀ ਦਿੱਤਾ ਜੀ, ਇਹ ਬਹੁਤ ਵੱਡੀ ਗੱਲ ਹੈ। ਅਤੇ ਇਹਦੇ ਵਿੱਚ ਜਿਹੜਾ ਕੰਮ ਲਗਾਤਾਰ ਹੋ ਰਿਹਾ ਅਤੇ ਚੰਗਾ ਲੱਗਦਾ ਜੀ, ਕਿਉਂਕਿ ਸਰਕਾਰ ਜਿਹੜੀ ਹੈ ਜਦੋਂ ਕੰਮ ਕਰਦੀ ਹੈ ਤਾਂ ਕੰਮ ਕਰਨ ਦੇ ਨਾਲ ਨਾਲ ਸਰਕਾਰ ਨੂੰ ਜਦੋਂ ਉਸ ਚੀਜ਼ ਦਾ ਜਿਹੜਾ ਫੀਡਬੈਕ ਵੀ ਮਿਲਦੀ ਹੈ, ਜਿਵੇਂ ਹਾਕੀ ਦੇ ਵਿੱਚ ਹੋਰ ਖੇਡਾਂ ਦੇ ਵਿੱਚ ਵੀ ਪੰਜਾਬ ਨੇ ਕਾਫੀ ਮੱਲਾਂ ਮਾਰੀਆਂ ਨੇ, ਤਾਂ ਇਹਦੇ ਵਿੱਚ ਹੋਰ ਮਿਹਨਤ ਦੀ ਲੋੜ ਹੈ ਔਰ ਸਰਕਾਰ ਲਗਾਤਾਰ ਕਮਿਟਡ ਹੈ ਇਸ ਗੱਲ ਲਈ ਕਿ ਖਿਡਾਰੀਆਂ ਨੂੰ ਜਿਹੜਾ ਲਗਾਤਾਰ ਜਿਹੜਾ ਇੱਕ ਅੱਛਾ ਪਲੇਟਫਾਰਮ ਦਿੱਤਾ ਜਾਵੇ। ਬਿਲਕੁਲ, ਗੁਰਦੇਵ ਸਿੰਘ ਦੇਮਾਨ ਦੀ ਮਨੀਸ਼ ਸ਼ੋਧਿਆ ਦੇ ਨਾਲ ਮੁਲਾਕਾਤ ਹੁੰਦੀ ਹੈ, ਮੀਟਿੰਗ ਹੁੰਦੀ ਹੈ, ਕਿੰਨੇ ਟਾਈਮ ਦੀ ਮੁਲਾਕਾਤ, ਕੀ ਗੱਲਾਂ ਸਾਂਝੀਆਂ ਕੀਤੀਆਂ? ਦੇਖੋ ਮਨੀਸ਼ ਸ਼ੋਧਿਆ ਜੀ, ਸ਼ੁਰੂ ਤੋਂ ਹੀ ਜਦੋਂ ਦਾ ਮੈਂ ਆਮ ਆਦਮੀ ਪਾਰਟੀ ਦੇ ਵਿੱਚ, ਜਿਵੇਂ 26 ਨਵੰਬਰ 2012 ਨੂੰ ਪਾਰਟੀ ਬਣੀ ਔਰ ਜਨਵਰੀ 2013 ਨੂੰ ਮੈਂ ਔਨਲਾਈਨ ਜੁਆਇਨ ਕਰ ਲਈ ਸੀ ਪਾਰਟੀ, ਪਹਿਲੇ ਦਿਨ ਤੋਂ ਸ਼ੁਰੂ ਤੋਂ ਹੀ ਬੜੀ ਅਟੈਚਮੈਂਟ ਆ। ਉਹ 1.5 ਸਾਲ ਜੇਲ੍ਹ ਦੇ ਵਿੱਚ ਲਾ ਕੇ ਆਏ ਅਤੇ ਹੁਣ ਬਾਹਰ ਆ ਕੇ ਕੰਮ ਕਰ ਰਹੇ ਨੇ, ਉਹਨਾਂ ਨੂੰ ਮਿਲੇ, ਬੜੀਆਂ ਗੱਲਾਂ ਬਾਤਾਂ, ਬੜੀ ਪੋਜ਼ਿਟਿਵ ਰਹੀ ਔਰ ਬੜਾ ਉਹਨਾਂ ਦਾ ਜਿਹੜਾ ਹੱਸਦਾ ਚਿਹਰਾ ਔਰ ਬੜਾ ਐਨਰਜੀ ਵਾਲੀਆਂ ਗੱਲਾਂ ਕੀਤੀਆਂ ਉਹਨਾਂ ਨੇ। ਅਤੇ ਦਿੱਲੀ ਦੇ ਵਿੱਚ ਇਲੈਕਸ਼ਨ ਆ ਰਹੀ ਹੈ ਜੀ, ਹੁਣੇ ਤਕਰੀਬਨ ਜਨਵਰੀ ਫਰਵਰੀ ਦੇ ਵਿੱਚ ਡਿਊ ਇਲੈਕਸ਼ਨ, ਉਹਦੇ ਲਈ ਲਗਾਤਾਰ ਕੰਮ ਕਰ ਰਹੇ ਨੇ। ਪੰਜਾਬ ਦੇ ਵਿੱਚ ਹਜੇ 2.5 ਸਾਲ ਹੋਰ ਪਏ ਨੇ ਸਰਕਾਰ ਦੇ, ਹਜੇ ਤਾਂ ਸਮਾਂ ਪਿਆ, ਅਤੇ ਉਹਦੇ ਲਈ ਰਣਨੀਤੀ ਜਿਹੜੀ ਸਾਰੀ ਹੈ ਸਰਕਾਰ ਬਹੁਤ ਅੱਛਾ ਸਾਡੀ ਕੰਮ ਕਰ ਰਹੀ ਹੈ। ਅਤੇ ਬਾਕੀ ਪਰਿਵਾਰ ਬਾਰੇ ਜਾਣਕਾਰੀ, ਉਹਨਾਂ ਦੀ ਸਿਹਤ ਬਾਰੇ ਜਾਣਕਾਰੀ ਅਤੇ ਉਹਨਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਉਹਨੂੰ ਤੰਦਰੁਸਤ ਰੱਖੇ, ਚੜ੍ਹਦੀ ਕਲਾ 'ਚ ਰੱਖੇ, ਬਹੁਤ ਅੱਛਾ ਮਤਲਬ ਲੱਗਿਆ ਔਰ ਉਹਨਾਂ ਨੂੰ ਵੀ ਮਿਲ ਕੇ ਅੱਛਾ ਲੱਗਿਆ, ਮੈਨੂੰ ਵੀ ਮਿਲ ਕੇ ਅੱਛਾ ਲੱਗਿਆ। ਪਰਮਾਤਮਾ, ਕਿਉਂਕਿ ਆਮ ਆਦਮੀ ਪਾਰਟੀ ਜਿਹੜੀ ਹੈ, ਅਰਵਿੰਦ ਕੇਜਰੀਵਾਲ ਸਾਹਿਬ, ਮਨੀਸ਼ ਸਿਸੋਦੀਆ ਜੀ, ਸੰਜੀਵ ਸਿੰਘ ਜੀ, ਸੰਦੀਪ ਪਾਠਕ ਜੀ, ਭਗਵੰਤ ਮਾਨ ਸਾਹਿਬ, ਸਾਡੇ ਸਾਰੇ ਜਿਹੜੇ ਇਹ ਹੀਰੇ ਨੇ ਜੀ ਅਤੇ ਆਮ ਆਦਮੀ ਪਾਰਟੀ ਦੀ ਬੈਕਬੋਨ ਨੇ ਸਾਰੇ, ਇਹਨਾਂ ਨੂੰ ਜਦੋਂ ਵੀ ਮਿਲਦੇ ਹਾਂ ਸਾਰੇ ਲੀਡਰ ਸਾਹਿਬਾਨ ਨੂੰ ਬਹੁਤ ਪੋਜ਼ਿਟਿਵ ਐਨਰਜੀ ਮਿਲਦੀ ਹੈ। ਕਿਸੇ ਤਰ੍ਹਾਂ ਲੱਗ ਰਿਹਾ ਪੰਜਾਬ ਦੇ ਵਿੱਚ ਅਕਾਲੀ ਦਲ ਨੂੰ ਆਮ ਆਦਮੀ ਪਾਰਟੀ ਨੇ ਬਿਲਕੁਲ ਖਾਲੀ ਕਰ ਦਿੱਤਾ? ਦੇਖੋ, ਇਨਸਾਨ ਦੇ ਬਸ ਦਾ ਕੰਮ ਤਾਂ ਨਹੀਂ ਜੀ ਇਹ, ਪਰਮਾਤਮਾ ਹੀ ਕਰ ਸਕਦਾ। ਪਰਮਾਤਮਾ ਦੇ ਘਰ 'ਚ ਦੇਰ ਹੈ, ਦੇਰ ਨਹੀਂ ਹੈ ਜੀ। ਪਰਮਾਤਮਾ ਦਾ ਕੈਮਰਾ, ਬਾਬੇ ਨਾਨਕ ਦਾ ਕੈਮਰਾ 24 ਘੰਟੇ ਚੱਲਦਾ। ਜੋ ਤੁਸੀਂ ਕਰਮ ਕਰਦੇ ਹੋ,
ਜੋ ਤੁਸੀਂ ਬੀਜਦੇ ਹੋ ਤੁਹਾਨੂੰ ਵੱਢਣਾ ਪੈਂਦਾ ਜੀ। ਅਕਾਲੀ ਦਲ ਨੇ ਜੋ ਕੀਤਾ ਜੀ ਉਹਦਾ ਉਹਨੂੰ ਖਮਿਆਜ਼ਾ ਭੁਗਤਣਾ ਪੈ ਰਿਹਾ ਜੀ। ਸੁੱਖੀ ਜੀ ਵੀ ਚਲੇ ਗਏ, ਡਿੰਪੀ ਜੀ ਵੀ ਚਲੇ ਗਏ, ਸਭ ਦੇਖੋ ਇਹ ਤਾਂ ਹੁਣ ਮੈਂ ਕਹਿ ਕੇ ਹਟਿਆ ਨਾ ਜੀ, ਜੋ ਤੁਸੀਂ ਕਰਮ ਕਰੋਗੇ ਤੁਹਾਨੂੰ ਉਹਦਾ ਹੀ ਫਲ ਮਿਲਣਾ ਜੀ। ਅਕਾਲੀ ਦਲ ਨੇ ਬਹੁਤ ਲੰਮਾ ਸਮਾਂ ਰਾਜ ਕੀਤਾ, ਬਾਦਲ ਸਾਹਿਬ 5 ਵਾਰ ਮੁੱਖ ਮੰਤਰੀ ਰਹੇ ਆ, ਹੋਰ ਵੀ ਅਲੱਗ ਅਲੱਗ ਮੁੱਖ ਮੰਤਰੀ ਰਹੇ ਨੇ ਅਕਾਲੀ ਦਲ ਦੇ ਵਿੱਚ। ਬਹੁਤ ਵੱਡਾ ਇੱਕ ਖੇਤਰੀ ਪਾਰਟੀ ਸੀਗੀ ਜੀ, ਪਰ ਮਨਮਰਜ਼ੀਆਂ ਕਰਕੇ ਜਾਂ ਇਸ ਤਰ੍ਹਾਂ ਦੀਆਂ ਕਮੀਆਂ ਪੇਸ਼ੀਆਂ ਨਹੀਂ ਉਪਾ ਸਕੇ, ਨਾਲ ਮਿਲ ਕੇ ਚੱਲ ਸਕੇ, ਅਤੇ ਉਹਦਾ ਖਮਿਆਜ਼ਾ ਕਰ ਲਿਆ। ਲੱਗਦਾ ਨਹੀਂ ਸੁਖਬੀਰ ਬਾਦਲ ਸੰਨਿਆਸ ਲੈ ਲੈਣਾ ਚਾਹੀਦਾ ਪਾਰਟੀ ਤਾਂ ਹੁਣ ਉਹਨਾਂ ਦੀ ਪਾਰਟੀ ਹੈ ਜੀ, ਉਹਨਾਂ ਦਾ ਫੈਸਲਾ। ਮੈਂ ਤਾਂ ਤੁਹਾਡਾ ਕੀ ਵਿਚਾਰ ਹੈ? ਨਹੀਂ ਮੈਂ ਤਾਂ ਸਾਨੂੰ ਡਿਊਟੀ ਦਿੱਤੀ ਹੈ ਪੰਜਾਬ ਸੰਗਤ ਨੇ, ਪੰਜਾਬ ਦੀ ਸੰਗਤ ਨੇ, ਅਸੀਂ ਆਪਣਾ ਕੰਮ ਕਰ ਰਹੇ ਹਾਂ ਜੀ। ਇਲੈਕਸ਼ਨ ਕਿਸ ਤਰ੍ਹਾਂ ਦੇਖ ਰਹੇ ਹੋ ਬਾਏ ਇਲੈਕਸ਼ਨ ਪੰਜਾਬ 'ਚ? ਹਾਂ ਬਿਲਕੁਲ, ਬਾਏ ਇਲੈਕਸ਼ਨ ਇੱਕ ਤਾਂ ਹੋ ਗਈ ਹੈ, ਜਲੰਧਰ ਆਮ ਆਦਮੀ ਪਾਰਟੀ ਬਹੁਤ ਵੱਡੇ ਫਰਕ ਨਾਲ ਜਿੱਤੀ ਹੈ। ਜਿਹੜੀਆਂ ਬਾਕੀ 4 ਇਲੈਕਸ਼ਨਾਂ ਨੇ, ਚਾਹੇ ਉਹ ਡੇਰਾ ਬਾਬਾ ਨਾਨਕ ਹੈ, ਚਾਹੇ ਜਿਹੜੀ ਹੈ ਹੁਸ਼ਿਆਰਪੁਰ ਦੀ ਚੱਬੇਵਾਲ ਸਾਹਿਬ ਵਾਲੀ ਸੀਟ ਖਾਲੀ ਹੋਈ ਹੈ, ਆਪਣਾ ਬਰਨਾਲੇ ਦੀ ਖਾਲੀ ਹੋਈ ਹੈ, ਗਿੱਦੜਵਾਹਾ, ਸਾਰੀਆਂ ਆਮ ਆਦਮੀ ਪਾਰਟੀ ਵੱਡੇ ਫਰਕ ਨਾਲ ਜਿੱਤੇਗੀ। ਧੱਕਾ ਕਰੂ? ਨਹੀਂ ਨਹੀਂ ਨਹੀਂ, ਧੱਕਾ ਨਹੀਂ ਜੀ ਕਰੂ, ਸਰਕਾਰਾਂ ਬਾਏ ਇਲੈਕਸ਼ਨ ਤੋਂ ਧੱਕਾ ਕਰ ਜਾਂਦੇ? ਨਹੀਂ ਨਹੀਂ ਨਹੀਂ, ਸਾਡਾ ਇਹ ਸਾਡਾ ਇੱਦਾਂ ਦਾ ਨਹੀਂ ਹੈਗਾ ਤਰੀਕਾ ਜੀ। ਅਸੀਂ ਤਾਂ ਜਿਹੜੇ ਕੰਮ ਕੀਤੇ ਨੇ ਉਹ ਦੱਸਾਂਗੇ ਜੀ ਸੰਗਤ ਨੂੰ, ਅਤੇ ਸੰਗਤ ਪਿਆਰ ਕਰਦੀ, ਸੰਗਤ ਵੋਟ ਕਰੂਗੀ ਜੀ। ਬਹੁਤ ਬਹੁਤ ਧੰਨਵਾਦ, ਬਹੁਤ ਮਿਹਰਬਾਨੀ। ਇਹ ਸਨ ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇਮਾਨ ਨੇ ਸਾਡੇ ਨਾਲ ਗੱਲਬਾਤ ਕੀਤੀ ਹੈ, ਬਾਏ ਇਲੈਕਸ਼ਨ 'ਤੇ ਵੀ ਗੱਲਬਾਤ ਕੀਤੀ ਹੈ। ਵੱਡੇ ਮਾਰਜਨ ਦੇ ਨਾਲ ਪੰਜਾਬ ਦੀਆਂ 4 ਸੀਟਾਂ 'ਤੇ ਆਮ ਆਦਮੀ ਪਾਰਟੀ ਵੱਡੀ ਜਿੱਤ ਹਾਸਲ ਕਰੇਗੀ। ਧੰਨਵਾਦ ਜੀ।